ਵਾਲ ਹੁੰਦਾ ਸੀ ਰੁਸਤਮ ਹਿੰਦਰ ਉਹਦਾ ਗਰੁੱਪ ਹੁੰਦਾ ਵੀਆਂ ਪੱਟੀਆਂ ਪੜਾਉਣਾ ਦਾ ਇੱਥੇ ਜਦੋਂ ਪੜ੍ਹ ਕੇ ਆ ਜਾਂਦੇ ਸਕੂਲੋਂ ਕਾਲਜ ਇੱਥੇ ਕਾਲੇ ਬਾਗ ਕੋਲ ਗਰਾਊਂਡ ਹੁੰਦਾ ਸੀ ਉੱਥੇ ਅਸੀਂ ਕੌਡੀ ਵੀ ਕੋਲ ਕਰਦੇ ਸਾਂ ਖੇਡਾਂ ਭਗਤ ਸਿੰਘ ਛਾਲ ਨਾਂ ਦਾ ਸੀ ਚੌਦਾਂ ਹੱਥ ਪੱਧਰੀ ਜਗ੍ਹਾ ਦਾ ਚੌਦਾਂ ਹੱਥ ਛਾਲ ਨਾਂ ਦਾ ਸੀ ਰਾਜਗੁਰੂ ਘੁਲਦਾ ਸੀ ਕੌਡੀ ਖੇਡਦਾ ਸੀ ਸ਼ਿਵਦੇਵ ਵੀ ਅਤੇ ਇਹਦੇ ਨਾਲ ਉਹਦੇ ਨਾਲ ਸਾਡਾ ਬੜਾ ਪ੍ਰੇਮ ਪੈ ਗਿਆ ਭੈਣ ਭਰਾਵਾਂ ਨੂੰ ਉਹਨੇ ਸਾਡੇ ਕੋਲ ਭਾਈ ਫੇਰੂ ਵੀ ਜਾਣਾ ਮੇਰੇ ਨਾਨਕੇ ਸੀ ਭਾਈ ਫੇਰੂ ਸਿੱਧੂ ਉਹਨਾਂ ਦੇ ਬਾਗ 'ਚ ਅਸੀਂ ਰਹਿਣਾ ਦਸ ਦਸ ਦਿਨ ਜਦੋਂ ਉਹਨੂੰ ਛੁੱਟੀ ਹੋਣੀ ਐਤਵਾਰ ਤਾਂ ਜ਼ਰੂਰ ਹੀ ਜਾਣਾ ਅਤੇ ਇਸ ਨਾਲ ਸਾਡਾ ਪ੍ਰੇਮ ਭਾਅ ਸੀ ਜਿੱਥੇ ਉਹਨੇ ਆਖਣਾ ਅੰਮ੍ਰਿਤਸਰ ਅਸੀਂ ਜ਼ਰੂਰ ਉਹਦੇ ਨਾਲ ਆਉਣਾ ਜਲਿਆਂਵਾਲੇ ਬਾਗ 'ਚ ਮੱਥਾ ਟੇਕ ਕੇ ਗੱਡੀ 'ਤੇ ਸਫ਼ਰ ਕੀਤਾ ਅਸੀਂ ਇੱਕ ਨਾ ਸ਼ੇਖਰ ਜੀ ਬਾਕੀ ਉਹ ਉੱਤੇ ਫੱਟੇ 'ਤੇ ਬੈਠਾ ਅਤੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲਦਾ ਹੁੰਦਾ ਖੁਸ਼ੀ ਨਾਲ ਇਹਦਾ ਮਗਰੋਂ ਵੀ ਜਦੋਂ ਹੇਰਾ ਫੇਰੀ ਦੇ ਵਿੱਚ ਉਹ ਫੈਲ ਆ ਗਏ ਇਹ ਨਹੀਂ ਸਮਝ ਅੰਗਰੇਜ਼ਾਂ ਦਾ ਛੱਡ ਦਿੱਤਾ ਉਹਨੇ ਜਾਂ ਸਾਹਿਬ ਜੀ ਨੇ ਆਖਿਆ ਮਾਂ ਪਿਓ ਨੂੰ ਜਾ ਕੇ ਠੰਡ ਪਾਓ ਅਤੇ ਉਹ ਲਚਾਰ ਨਾਲ ਆਏ ਅਤੇ ਅੰਮ੍ਰਿਤਸਰ ਗਏ ਇਸ਼ਨਾਨ ਕਰਕੇ ਅਸੀਂ ਆਏ ਘਰੋ ਘਰੀ ਪਹੁੰਚੇ ਮਗਰੋਂ ਫਿਰ ਫੜਿਆ ਗਿਆ ਦੂਜੇ ਮੇਲੇ ਤੋਂ ਪਹਿਲਾਂ ਉਹਨਾਂ ਰੋਲਾ ਪਾ ਦਿੱਤਾ ਵੀ ਪਾਕਿਸਤਾਨ ਅਤੇ ਹਿੰਦੁਸਤਾਨ ਬਣ ਗਿਆ ਕੋਈ ਮੁਸਲਮਾਨ ਵੀ ਸਾਡੇ ਨਾਲ ਸੀ ਅਕਰਾ ਜਲਾਇਆ ਦਮਨ ਤੇਲੀ ਫਿੱਠਰ ਭਲਵਾਨ ਸੋਹਣ ਡੱਫਰ ਕਾ ਭਲਵਾਨ ਇਸ ਤਰ੍ਹਾਂ ਕਰਕੇ ਵੀਹ ਪੱਚੀ ਭਲਵਾਨ ਅਸੀਂ ਹੁੰਦੇ ਸਾਂ ਵਾਲ ਉੱਚਾ ਨੱਕ ਲੰਮੀ ਧੌਣ ਸੋਹਣਾ ਬੋਲਬਾਲਾ ਪੂਰਾ ਕੱਦ ਸੀ ਛੇ ਸੱਤ ਫੁੱਟ ਕੱਦ ਸੀ ਅਤੇ ਸੋਹਣਾ ਬੋਲਬਾਲਾ ਸੀ ਜਿਵੇਂ ਕੋਈ ਸਾਰੇ ਮੇਲੇ ਦੇ ਵਿੱਚ ਹੀ ਸੋਹਣਾ ਲੱਗਦਾ ਅਤੇ ਬੜੇ ਮੌਜ ਮੇਲੇ ਨਾਲ ਇੱਥੇ ਦੁੱਧ ਅਸੀਂ ਪੀਣਾ ਬੂਟਾ ਸਿੰਘ ਜਹੇਦਾਰ ਬੜਾ ਪ੍ਰੇਮ ਕਰਦਾ ਸੀ ਉਹ ਜਹੇਦਾਰ ਸੀ ਗੁਰਦੁਆਰੇ ਦਾ ਬੂਟਾ ਸਿੰਘ ਉਹਨੇ ਸਾਨੂੰ ਘਿਓ ਵੀ ਦੇਣਾ ਦੁੱਧ ਵੀ ਦੇਣਾ ਮਹੀਨਾ ਮਹੀਨਾ ਉਹਨੇ ਉਹਨੇ ਰੱਖਣਾ ਇਹਨਾਂ ਆਪਦੀ ਹਾਜ਼ਰੀ ਛੱਡ ਕੇ ਵੀ ਆਉਣਾ ਸਕੂਲੋਂ ਸਾਡੇ ਕੋਲ ਅਤੇ ਬੜਾ ਨੇੜ ਪ੍ਰੇਮ ਭਾਵ ਬੜਾ ਸੋਹਣਾ ਸੀ